ਇੰਡਸਟਰੀ 'ਚ ਤਾਂ ਇਹ ਬੰਦੇ ਸਿੰਗਰ ਜਿਹੜੇ ਮੁੰਡੇ ਸਿੰਗਰ ਹੈਗੇ ਉਹਨਾਂ 'ਚ ਇੰਨੇ ਗਟਸ ਨਹੀਂ ਹੈਗੇ ਕਿ ਉਹ ਬੋਲ ਸਕਣ। ਉਹਦਾ ਕੁੜੀਆਂ ਦੇ ਵਾਂਗੂ ਐਂ ਉਹ ਕੁੱਤਾ ਨਹੀਂ ਜਿਵੇਂ ਪੂਛ ਨੂੰ ਦਬਾ ਕੇ ਭੱਜ ਜਾਂਦਾ ਹੈ। नमस्कार, आप देख रहे हैं सुपर न्यूज 24/7। पंजाब की मशहूर गायिका रुपिंदर हांडा ने लाइव होकर बताई पंजाबी इंडस्ट्री की सच्चाई। उन्होंने सिद्धू मूसेवाला के बारे में गलत बातें करने वालों को दिया करारा जवाब। आइए देखते हैं कि गायिका रुपिंदर हांडा ने क्या कहा। थोड़े आप जुर्त हैगी है ना, थोड़े आप दे विच ओ पावर हैगी आ, थोड़े च पैशन हैगा, नहीं रोक सकदा। एंड बिग एग्जांपल है सिद्धू मूसेवाला, अज सारी दुनिया उहदे पिछे लगी हुई आ। मैं नहीं सुनदी सीगी गाने सिद्धू दे। पहला गाना मैं 2017 च जदों पहली बार मैं अमेरिका सीगी और मैं उत्थे गाना सुनिया, मैनू गाना बहुत पसंद आया। तो उच्चियां ने गल्लां तेरे यार दियां मैं सुनिया, उस तो बाद मैंने इन्ना फॉलो नहीं किया कदे। बट आ पिछले 6-7 महीनों तो या साल तो कह लो, मैनू सिंगर तो बाद दी गल है, एक इंसान दे तौर ते मैं उस बंदे नू मैनू चंगा लग्या। हो घट्टो घट बोलदा ते आ साडी इंडस्ट्री च तां इहे बंदे सिंगर जिहड़े मुंडे सिंगर हैगे उहनां च इन्ने गट्स नहीं हैगे कि उह बोल सकण। उहदा कुड़ियां दे वांगू ऐ ਉਹ ਕੁੱਤਾ ਨਹੀਂ ਜਿਵੇਂ ਪੂਛ ਨੂੰ ਦਬਾ ਕੇ ਭੱਜ ਜਾਂਦਾ, ਐਂ ਬਹਿ ਜਾਂਦਾ। ਉਹ ਸਾਡੇ ਕਰੀਅਰ 'ਤੇ ਫਰਕ ਪਊਗਾ, ਸਾਨੂੰ ਸ਼ੋਅ ਮਿਲਣੇ ਬੰਦ ਹੋ ਜਾਣਗੇ। ਉਹ ਘੱਟੋ ਘੱਟ ਜੁਰਤ ਵਾਲਾ ਬੰਦਾ ਤਾਂ ਹੈਗਾ, ਬੋਲਦਾ ਤਾਂ ਹੈ। ਔਰ ਮੈਨੂੰ ਆਹੀ ਚੀਜ਼ ਉਹਦੇ 'ਚ ਚੰਗੀ ਲੱਗੀ ਕਿ ਬੰਦਾ ਬੰਦਿਆਂ ਦੀ ਤਰ੍ਹਾਂ ਹੋਣਾ ਚਾਹੀਦਾ। ਸੋ ਆਹ ਚੀਜ਼ ਮੈਨੂੰ ਚੰਗੀ ਲੱਗੀ ਸਿੱਧੂ ਦੀ, ਇਸ ਕਰਕੇ ਮੈਂ ਉਹਨੂੰ ਐਪਰੀਸ਼ੀਏਟ ਵੀ ਕਰਦੀ ਹਾਂ। ਉਹ ਸਾਰੀ ਦੁਨੀਆ ਨੂੰ, ਸਾਰੀ ਇੰਡਸਟਰੀ ਨੂੰ ਪਤਾ, ਦੁਨੀਆ ਨੂੰ ਵੀ ਪਤਾ, ਆਮ ਦੁਨੀਆ ਨੂੰ ਵੀ, ਉਹ ਕਿਹੜਾ ਗਰੁੱਪ ਇੱਥੇ ਬਕਵਾਸ ਕਰਦਾ। ਉਹ ਹਰ ਇੱਕ ਤੋਂ ਮੱਚਦੇ ਰਹਿੰਦੇ ਆ, ਮਿਰਚਾਂ ਲੱਗਦੀਆਂ ਉਹਨਾਂ ਨੂੰ, ਉਹ ਮੱਚਦੇ 9-11 ਤੋਂ ਵੀ ਮੱਚਦੇ ਆ। ਐਵੇਂ ਮੱਚੀ ਜਾਣਗੇ ਕੀ ਫਾਇਦਾ, ਆਪ ਕੁਛ ਕਰ ਨਹੀਂ ਸਕਦੇ ਤੁਸੀਂ। ਤੁਸੀਂ ਦੂਜਿਆਂ ਨੂੰ ਦੂਜਿਆਂ ਦੀ ਕਮੀਆਂ ਤੁਸੀਂ ਲੱਭਦੇ ਰਹਿੰਦੇ ਹੋ। ਰੋਕ ਲਓ ਫਿਰ ਆਪਦੇ ਪਿਓ ਨੂੰ, ਰੋਕ ਲਓ ਜਾ ਕੇ ਜਾਓ, ਜੇ ਉਹ ਰੋਕ ਸਕਦੇ ਹੋ ਤਾਂ। ਸਹੀ ਟੱਕਰਿਆ ਤੁਹਾਨੂੰ ਬੰਦਾ, ਹੁਣ ਜੇ ਮੇਰੇ ਤੋਂ ਬਾਅਦ ਕੋਈ ਬੋਲਣ ਵਾਲਾ ਆਇਆ ਤਾਂ ਉਹੀ ਆਇਆ, ਫਿਰ ਤਾਂ ਸਵਾਦ ਲਿਆਇਆ ਪਿਆ ਉਹਨੇ, ਹਨੇਰੀ ਲਿਆਈ ਪਈ ਆ।